Happy Ramadan. Assalamu alaikum ji. Asan tusan waste chand recipes ki nita hazir hoye ha. Ta e asana aj nova roza e roze ni sadiyan recipes inna vichu agar koi recipe tusan ki pasand aayi ta tusan asan ki bhaye ta asan inshallah tusan waste aur recipe jehdi hai o banasa ta tusan upload kariyo sa تساں اسانی اسلاف زائی کرسو انشاءاللہ اساں تو کساں اے تکو اساں چکن لیگز جڑیاں او فرائی کرنے لگے وے اے فرائی کیتیاں اے کتنیاں نائس اور بہترین بھنیاں تساں تکو انہاں نال رنگ کتنا سونا رنگ اے نے اے اس پکوڑے بنائے جڑا نا اے وی بہترین پکوڑے بنے میں انہاں پکوڑیاں وچ اساں ਜੇ ਜਿਹੜੀਆਂ ਚੀਜ਼ਾਂ ਪਈਆਂ ਅਗਰ ਤੁਸੀਂ ਸਾਡੇ ਪਕੌੜੇ ਨਾਇਸ਼ ਲੱਗਣੇ ਤੁਸੀਂ ਦੱਸੋ ਇਹ ਪਕੌੜਿਆਂ ਵਾਲਾ ਚਿਕਨ ਮਸਾਲਾ ਜੀ ਇਹ ਅਸਾਂ ਹੁਣ ਇਸ ਨੇ ਬਨਾਸਾਂ ਪਕੌੜੇ ਬਨਾਸਾਂ ਚਿਕਨ ਮਸਾਲੇ ਨੇ ਇਹ ਸਾਡੇ ਚਾਵਲ ਪਲਾਓ ਚਿਕਨ ਵਾਲੇ ਪਲਾਓ ਬਣਾਏ ਨੇ ਅਸਾਂ ਅਸਾਂ ਤਕਰੀਬਨ ਗੈਦਰਿੰਗ ਕੀਤੀ ਹੈ ਫੈਮਿਲੀ ਨੇ ਰੋਜ਼ਾ ਖਲਾਸਾਂ ਸਾਰਿਆਂ ਨਾਲ ਉਸਨੇ ਵਾਸਤੇ ਅਸਾਂ ਇਹ ਜਿਹੜਾ ਕੋਈ ਬਣਾਇਆ ਇਹ ਤੱਕੋ ਜੀ ਅਸਾਨੀ ਅਜਵਾ ਖਜੂਰ ਹੈ ਇਹ ਡੱਬੇ ਵਿੱਚ ਜਿਹੜਾ ਨਾ ਇਹ ਬੰਦ ਹੈ ਇਹ ਮੀਟ ਹੈ ਜੀ ਜਿਹੜਾ ਨਮਕੀਨ ਮੀਟ ਹੈ ਇਸਨੇ ਤਾਂ ਅਸਾਂ ਰੈੱਡ ਮਿਰਚ ਨਹੀਂ ਪਾਈ ਅਸਾਂ ਇਸਨੇ 'ਚ ਖਾਲੀ ਕਾਲੀ ਮਿਰਚ ਪਾਈ ਹੈ ਅਤੇ ਗ੍ਰੀਨ ਮਿਰਚ ਪਾਈ ਹੈ ਉਸ ਤੋਂ ਬਾਅਦ ਅਸਾਂ ਅਜਾ ਹੋਰ ਚੀਜ਼ਾਂ ਬਣਾਈਆਂ ਬਣਾਉਣੇ ਆ ਲੱਗੇ ਵੇ ਨਾਲ ਤੁਸੀਂ ਦੱਸਾਂ ਇਹ ਤੱਕੋ ਅਸਾਂ ਚਿਕਨ ਪੈਟੀਸ ਬਣਾਏ ਜਿਹੜਾ ਅੱਗੇ ਤੁਸਾਂ ਮੈਂ ਦੱਸਿਆ ਸੀ ਚਿਕਨ ਪਕੌੜੇ ਇਹ ਅਸਾਂ ਹੁਣ ਸਮੋਸੇ ਨੇ ਸਾਡੇ ਹੋਮ ਮੇਡ ਸਮੋਸੇ ਨੇ ਜਿਹੜੇ ਅਸਾਂ ਤਲਨੇ ਆ ਲੱਗੇ ਵੇ ਜਿਸ ਤਰ੍ਹਾਂ ਕਿ ਮੈਂ ਪਹਿਲੇ ਦੱਸਿਆ ਕਿ ਅਸਾਂ ਫੈਮਿਲੀ ਕੀ ਗੈਦਰਿੰਗ ਵਾਸਤੇ ਬੁਲਾਇਆ ਇਹ ਅਸਾਂ ਜਿਹੜਾ ਨਾ ਕਸਟਰਡ ਕੇਕ ਕਸਟਰਡ ਬਣਾਸਾਂ ਇਹ ਪ੍ਰਪਰੇਸ਼ਨ ਕਰਨੇ ਆ ਲੱਗੇ ਵੇ ਅੱਛਾ ਇਹ ਤੱਕੋ ਜੀ ਸਾਰਾ ਡੈਜ਼ਰਟ ਤਿਆਰ ਹੋ ਗਿਆ ਇਸ ਤੋਂ ਬਾਅਦ ਅਸਾਂ ਨੇ ਜਿਹੜਾ ਨਾ ਇਹ ਤੱਕੋ ਪੈਟੀਜ਼ ਕਿਤਨੀਆਂ ਨਾਈਸ ਬਣੀਆਂ ਕਿਤਨੀਆਂ ਅੱਛੀ ਹਨ ਔਰ ਬਿਹਤਰੀਨ ਬਣੀਆਂ ਇਹ ਤੱਕੋ ਅਸਾਂ ਇੱਕ ਡਿਸ਼ ਸਾਰੀ ਤਿਆਰ ਹੋਣੀ ਹੈ ਲੱਗੀ ਵੀ ਪਕੌੜੇ ਚਿਕਨ ਲੈਗਸ ਅਤੇ ਪੈਟੀਜ਼ ਅਤੇ ਨਾਲ ਅਸਾਂ ਸਮੋਸਾ ਚਾਟ ਵੀ ਬਣਾਈ ਹੈ ਅਤੇ ਜਿਹੜਾ ਨਾ ਉਹ ਵੀ ਇਹ ਤੱਕੋ ਸਮੋਸਾ ਚਾਟ ਵੀ ਸਾਡੀ ਜਿਹੜੀ ਹੈ ਨਾ ਇਹ ਕੁਝ ਹੈ ਤਾਂ ਫਿਰ ਮੈਂ ਆਪਣੀ ਦੁਆ ਯਾਦ ਰੱਖਿਆ ਹੈ ਉਮੀਦ ਹੈ ਇਹ ਸਾਡੀ ਵੀਡੀਓ ਤੁਸਾਂ ਕੀ ਪਸੰਦ ਆਈ ਹੋ ਸੀ ਅੱਲਾ ਹਾਫਿਜ਼ ਜੀ ਆਪਣਾ ਖਿਆਲ ਰੱਖਿਆ ਹੈ ਅਤੇ ਅੱਲਾ ਮਿਹਰਬਾਨ